बिस्मिल्लाहिर्रहमानिर्रहीम अस्सलाम वालेकुम। उम्मीद करना सारे ठीक ठाक होंगे। तुहाडा फनी भाई तुहाडी खिदमत च दोबारा हाजिर हो गया। तो अज का व्लॉग कोई समझ नहीं आ रही, कोई कुछ समझ नहीं आ रही मैं कि वीडियो बनावा अज की। मैं तुहानू मैं की दिखावा अपने व्यूअर्स नू, मैं की दिखावा मैं। तो चलो मैनू कमेंट से ना लाजमी दस दियो। इस टाइम मैं बैठा हुआ हाँ फल दुकान पर, मैं तो लाजमी मैं दस दियो कमेंट च। तो दोस्त वगैरह नू कॉल की दी है मैं, तो जो वो अगर आते हैं तो चलो मैं दिखाना जाना कि सू। मैं ऐसा डेरा पक्का घरों निकलना हाफज दुकान से, उठना है हाफज दुकान से, जाना है इतों जाना है हाजिर लवा के जानी है। यह साडा एक दरबार बन गया हाफ साहब होना था ना। तो लाइफ सेव डिपार्टमेंट है इन्हों का स्टोर है, माशाल्लाह बड़ा हैवी स्टोर है इनका। तो हर चीज़ इतनी अवेलेबल है। तो हर भाई चक्कर लगाओ जरूर लगाओ, लेकिन टाइमिंग हिसाब में जी टाइमिंग मिली है गवर्नमेंट वालों ना, उस हिसाब में इतने आके चक्कर लगाओ। हर चीज़ तुम दुनिया की मिलेगी हर चीज़। तो समझ नहीं आ रही हूँ मैं तुम्हें मैं दिखावा, मैं इतने विलाग ना तुम मैं दिखावा। मैं आसा साढ़े नाल बैठे हुए ने, पल्ले बस साढ़े भाई बैठे हुए ने भी। तो कमेंट च ना मैं लाजमी दस दौ, लाजमी दस दौ मैनू। हानी भाई ने कहा हर चीज मिलेगी, हर चीज नहीं है सर। पता छोटा जे अपना अड्डा बनाया होया ते सिस्टम है बस। चलो हाफ साहब देखो ना कि हर चीज तो मना दा कि जेरी घरेलू मान में हर चीज होती है। बाकी इथे है डेरे दा मतलब है कि इथे अटेंडेंस बहुत जरूरी है। हां जी, जिन्ने इस डेरे जाना है ते अटेंडेंस लगवा के फिर अपना अगला काम कर। हां जरा मैं तुम्हें आगे मैं बोलया है घरों आना है, हाफ साहब को आना है, इथे जाना है, स्कूलों आना है, बाहरों आना है, हाजिर हो आके जाना थोड़े को। देखो हूं भाई होने की लिया आए थे भाई होने कहता हर चीज मिलेगी, सारा आटा लेने आए ना नहीं मिले यार। देखो ना पिछू आटा मिलेगा फिर ही आटा मिलना ना। लेकिन सर नहीं ना है, तुसी क्यों कह हर चीज है, हर चीज भैन पूरी नहीं हो सकती। किस तरह पूरी नहीं हो सकती आप साहब? सर देखो ਪਿੱਛੋਂ ਚੀਜ਼ਾਂ ਸ਼ਾਰਟ ਹੋ ਰਹੀਆਂ ਨੇ, ਮਹਿੰਗਾਈ ਬਹੁਤ ਜ਼ਿਆਦਾ, ਮਾਲ ਨਹੀਂ ਆ ਰਹੇ, ਜਿਨ੍ਹਾਂ ਲੋਕਾਂ ਦਾ ਸਟਾਕ ਕੀਤੇ ਦੇ ਨਾ ਲੋਕਾਂ ਨੇ ਉਹ ਅੱਗੇ ਸਪਲਾਈ ਨਹੀਂ ਦਿੰਦੇ, ਫਿਰ ਉਹ ਮਹਿੰਗਾ ਹੋਣ ਦੀ ਸੋਚ ਰਹੇ ਨੇ ਕਿ ਮਹਿੰਗਾ ਕਿਉਂ ਹੋਏ ਕਿ ਅਸੀਂ ਮਾਰਕੀਟ 'ਚ ਸਪਲਾਈ ਦੀ। ਅੱਛਾ, ਮਸਲ ਸਾਡੀ ਜਿਹੜੀ ਥੱਲੇ ਤਬਕਾ ਹੈ ਉਹਨੂੰ ਸਕੂਨ ਨਹੀਂ ਮਿਲ ਸਕਦਾ ਸਾਰੀ ਜ਼ਿੰਦਗੀ? ਸਰ ਦੇਖੋ ਨਾ ਬੜਾ ਬੜਾ ਹੈਵੀ ਮਗਰ ਮੱਛ ਸੱਪ ਬੈਠੇ ਦਾ ਜਿਹੜਾ ਸਮਝੋ ਬਾਹਰ ਹੈ ਉਹ ਸਰ ਉਹਨੇ ਇਹ ਤੇ ਸਾਡੀ ਇੱਕ ਦੁਕਾਨ ਹੈ, ਉਹਨੇ ਇਹ ਦੁਕਾਨ ਦਾ ਇਕੱਲਾ ਭਾ ਉਹ ਸਟਾਲੇ ਦਾ ਹੋਣਾ ਹੈ, ਉਹ ਕਿਰਨ ਕਿਉਂ ਇਕੱਲਾ ਸਟਾਲੇ ਦਾ ਹੋਣਾ ਜਿਹੜੇ ਦੁਕਾਨ ਚ ਜਿਹੜੇ ਸੱਪ ਨੇ ਬੜੇ ਬੜੇ ਵੱਡੇ ਬੈਠੇ ਹੈ ਉਹਦੀ ਗੱਲ ਹੋ ਰਹੀ ਹੈ ਨਾ? ਇਹ ਨਹੀਂ ਫਾਨੀ ਭਾਈ, ਨਹੀਂ ਸਿਸਟਮ ਚੱਲਦਾ ਪਿਆ ਨਾ, ਉਹ ਜੋ ਚੀਜ਼ ਮਿਲਦੀ ਪਈ ਉਹ ਨਹੀਂ ਬਸ ਸਮਝੋ ਅੱਜ। ਹਾਂਜੀ, ਤੁਹਾਨੂੰ ਲੱਭ ਰਹੀ ਹੈ ਚੀਜ਼ ਤੁਸੀਂ ਇਹ ਤੁਹਾਨੂੰ ਹਾਫ ਸਭ ਦੱਸ ਰਹੇ ਨੇ ਬੜੀਆਂ ਤਕਨੀਕ ਦੀ ਗੱਲਾਂ ਦੱਸ ਰਹੇ ਨੇ ਜਿਹੜੀ ਮੈਨੂੰ ਵੀ ਨਹੀਂ ਸੀ ਪਤਾ। ਠੀਕ ਹੈ, ਮੈਨੂੰ ਲੱਗ ਗਿਆ ਪਤਾ, ਕਿਉਂਕਿ ਦੇਖੋ ਨਾ ਜਿਹੜਾ ਬੰਦਾ ਦੁਕਾਨ ਤੇ ਬਹਿੰਦਾ ਜਾਂ ਸਮਾਨ ਲੈ ਕੇ ਆਉਂਦਾ ਸਭ ਕੁਛ ਉਹਨੂੰ ਹੀ ਪਤਾ ਹੁੰਦਾ ਹੈ, ਉਹਨੂੰ ਹੀ ਆਪਣੇ ਕੰਮ ਦਾ ਵਾਹ ਹੁੰਦਾ ਹੈ, ਢੱਬ ਹੁੰਦਾ ਉਹਨੂੰ। ਤੇ ਤੁਹਾਨੂੰ ਅੱਜ ਦੇ ਦੌਰ 'ਚ ਚੀਜ਼ 100 ਰੁਪਏ ਦੀ ਲੱਭਦੀ ਪਈ ਹੈ ਤੇ ਉਹ ਸ਼ੁਕਰ ਕਰੋ ਲੱਭ ਰਹੀ ਹੈ। ਲੱਭ ਰਹੀ ਹੈ ਜੀ, ਗੱਲ ਹੈ ਕਿ ਨਹੀਂ? ਜੇ ਨਹੀਂ ਲੱਭਦੀ ਪਈ ਤੇ ਉਹ ਫਿਰ ਜਨਾਬ ਬਹੁਤ ਵੱਡੀ ਜ਼ਿਆਦਤ ਹੈ ਕਿ ਤੁਹਾਨੂੰ ਚੀਜ਼ ਨਹੀਂ ਲੱਭਦੀ, पानी दिखांदा मैं जरा इंडिया ने छड़दे ने पानी बेहतर है ਕੱਲੇ ਵੀ ਚਲੇ ਜਾਂਦੇ ਨਾ ਤੇ ਉੱਥੇ ਜਾ ਕੇ ਬਸ ਛਾਲ ਮਾਰ ਛੱਡਦੇ ਤੇ ਵਾਪਸ ਨਾ ਆਉਂਦੇ। ਹਾਂ ਸੁਭਾਨ, ਇਹ ਤੁਹਾਡਾ ਵਿਲਾਗ ਹੁੰਦਾ ਨਾ ਫਿਰ ਮਜ਼ਾ। ਹਾਂ ਤੇ ਦੇਖੋ ਨਾ ਜੇ ਮੈਂ ਕੱਲਾ ਛਾਲ ਮਾਰਦਾ ਤੇ ਵਿਲਾਗ ਕਿੱਥੋਂ ਬਣਨਾ ਸੀ, ਫਿਰ ਵੀਡੀਓ ਕਿਨੇ ਬਣਾਉਣੀ ਸੀ? ਵਾਪਸ ਵੀ ਇਹ ਵੀ ਦੇਖੋ ਨਾ, ਪੰਜਾਂ ਨੇ ਹੀ ਬੜਿਆਂ ਨੇ ਬਣਾਉਣਾ ਆ ਜਾਣਾ ਸੀ। ਅੱਛਾ ਅੱਛਾ, ਕਲੀਨ ਭਾਈ ਨੇ ਆ ਜਾਣਾ ਸੀ ਸੁਭਾਨ। ਫਿਰ ਇਹੀ ਹੋਣਾ ਸੀ ਕਿ ਤੁਰ ਗਏ ਯਾਰ, ਤੁਰ ਗਏ ਯਾਰ। ਹਾਂਜੀ ਹਾਂਜੀ, ਮੁਕੱਦਰਾਂ ਵਾਲੇ ਹੈਵੀ ਸਟੇਟਮੈਂਟ ਲਗਣੀ ਸੀ ਤੁਹਾਡੇ ਜਨਾਬ ਹੈ ਛਾਲ ਮਾਰਨ। ਹਾਂ ਹਾਂ, ਅਜੋ ਤੁਹਾਡੇ ਵਿਲਾਗ ਨੇ ਨਾ ਬਹੁਤ ਫੇਮਸ ਹੋ ਜਾਣਾ ਸੀ, ਉਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਵਿਲਾਗ ਵਾਲੀ ਗੱਦੀ ਸੀ ਨਾ ਉਹ ਅਸੀਂ ਸੰਭਾਲ ਲੈਂਦੇ। ਹਾਂ ਹਾਂ, ਦੇਖੋ ਨਾ ਚਲੋ, ਤੇ ਮੇਰਾ ਖਿਆਲ ਹੈ ਫੇਮ ਮਿਲ ਜਾਣਾ ਸੀ ਸਾਨੂੰ। ਚਲੋ, ਅਗਲਾ ਹੁੰਦਾ ਨਾ ਆਂਦਾ ਬਾਨੂ ਕੋਈ ਟੁੱਟਦਾ। ਹਾਂਜੀ, ਤੇ ਸਾਰੇ ਇਹ ਕਰੋ ਕੰਮ ਠੀਕ ਠੀਕ ਹੋ ਗਿਆ ਸਭ, ਉੱਥੇ ਹੀ ਪਹੁੰਚ ਜਾਣੇ, ਲਾਜ਼ਮੀ ਪਹੁੰਚ ਜਾਣੇ ਆ। ਤੇ ਐਸੀ ਮੇਰਾ ਅੱਜ ਦਾ ਵਿਲਾਗ।
ਵਲੌਗ ਨਹੀਂ ਸੀ ਚਲੋ ਐ ਬਸ ਮੈਂ ਤੁਹਾਨੂੰ ਦੱਸਿਆ ਸਰ ਵਲੌਗ ਹਾਂ ਮਤਲਬ ਹਾਂ ਤੁਹਾਨੂੰ ਦੱਸਿਆ ਬਸ ਹਲਕੀ ਤੁਹਾਨੂੰ ਬਸ ਦੱਸਿਆ ਤੇ ਕਮੈਂਟ ਚ ਮੈਨੂੰ ਲਾਜ਼ਮੀ ਦੱਸ ਦਿਓ ਮੈਂ ਨੈਕਸਟ ਵਲੌਗ ਕਿਦਾ ਬਣਾਵਾਂ ਕਿੱਥੇ ਬਣਾਵਾਂ ਤੇ ਮੇਰੇ ਕਮੈਂਟ ਨੂੰ ਕਮੈਂਟ ਸੈਕਸ਼ਨ ਲਾਜ਼ਮੀ ਦੱਸ ਦਿਓ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਮੈਂ ਇਨਸ਼ਾਅੱਲਾ ਮਿਲਣਾ ਤੁਹਾਨੂੰ ਮੈਂ ਨੈਕਸਟ ਵਲੌਗ ਚ ਓਕੇ ਅੱਲਾ ਹਾਫਿਜ਼ ਅੱਲਾ ਪਾਕ ਤੁਹਾਨੂੰ ਸਭ ਨੂੰ ਸਲਾਮਤ ਰੱਖੇ।